ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਅਤੇ ਸਵਾਗਤ ਕਰਦਾ ਹਾਂ। ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਸਹਿਪਾਠੀ, ਤੁਹਾਡੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹ ਵੀ ਇਸ ਵੀਡੀਓ ਨਾਲ ਜੁੜੇ ਨੇ ਅਤੇ ਉਹਨਾਂ ਦਾ ਧੰਨਵਾਦ ਹੈ, ਉਹਨਾਂ ਦਾ ਵੀ ਸਵਾਗਤ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ, ਜਿਹੜੇ ਮੇਰੇ ਇਸ ਫੀਲਡ ਵਿੱਚ ਨੇ, ਮੇਰੇ ਨਾਲ ਨੇ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਅਤੇ ਸਵਾਗਤ। ਜਿਹੜੇ ਇਸ ਮਿਸ਼ਨ ਨੂੰ, ਜਿਹੜਾ ਮਿਸ਼ਨ ਔਨਲਾਈਨ ਸਟੱਡੀ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਪੁੱਜਦਾ ਹੁੰਦਾ ਹੈ, ਉਹਨਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹੀ ਅਧਿਆਪਕ ਸਾਥੀ ਜਿਹੜੇ ਨੇ ਮੇਰੇ, ਇਹ ਜਦੋਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਨੇ, ਸ਼ੇਅਰ ਕਰਦੇ ਨੇ ਤੁਹਾਡੇ ਮੋਬਾਈਲਾਂ ਦੇ ਉੱਪਰ, ਸਮਾਰਟਫੋਨਾਂ ਦੇ ਉੱਪਰ ਜਦੋਂ ਵੀਡੀਓ ਆਉਂਦੀ ਹੈ, ਤਾਂ ਇਹ ਸਾਰਾ ਦੇਣ ਉਹਨਾਂ ਦਾ ਹੀ ਹੈ, ਕਿਉਂਕਿ ਉਹੀ ਤੁਹਾਡੇ ਤੱਕ ਜਿਹੜਾ ਪੁੱਜਦਾ ਕਰਦੇ ਨੇ। ਮੈਂ ਵੀ ਕਰਦਾ ਹਾਂ, ਸਾਰੇ ਕਰਦੇ ਨੇ। ਤੁਹਾਡੇ ਮਾਂ ਬਾਪ ਜਿਹੜੇ ਨੇ ਬੜੀ ਸਹਾਇਤਾ ਦੇ ਨਾਲ, ਬੜੀ ਪਕਿਆਈ ਦੇ ਨਾਲ ਵੀਡੀਓ ਦੀ ਵੇਟ ਕਰਦੇ ਨੇ ਔਰ ਦੇਖਦੇ ਨੇ ਕਿ ਸਿਲੇਬਸ ਦੀ ਵੀਡੀਓ ਆ ਗਈ ਹੈ, ਉਸੇ ਵਕਤ ਤੁਹਾਡੇ ਤੱਕ ਪੁੱਜਦਾ ਕਰਦੇ ਨੇ। ਇਸ ਕੰਮ ਵਾਸਤੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਹੋਇਆ ਹੈ, ਤਾਂ ਕਿ ਕੋਈ ਵੀਡੀਓ ਨਾ ਕੋਈ ਮਿਸ ਨਾ ਹੋਵੇ, ਇਹ ਵੀ ਬਹੁਤ ਵਧੀਆ ਗੱਲ ਹੈ। ਸੋ ਇਹੀ ਬੇਨਤੀ ਕਰਾਂਗਾ ਕਿ ਸਾਰੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸਬਸਕ੍ਰਾਈਬ ਕਰਨ ਦੀ ਵਿਧੀ ਤੁਹਾਨੂੰ ਪਤਾ ਹੈ, ਸਿਆਣੇ ਬੱਚੇ ਹੋ ਤੁਸੀਂ, ਪੰਜਵੀਂ ਕਲਾਸ ਹੈ ਤੁਹਾਡੀ, ਸਾਰਾ ਪਤਾ ਹੈ ਤੁਹਾਨੂੰ ਕਿਸ ਤਰ੍ਹਾਂ ਸਬਸਕ੍ਰਾਈਬ ਕਰਨਾ ਹੈ, ਕਿਉਂਕਿ ਸਮਾਰਟਫੋਨ ਚਲਾਉਂਦੇ ਚਲਾਉਂਦੇ ਸਾਨੂੰ ਬਹੁਤ ਸਾਰੇ ਵਿਧੀਆਂ ਜਿਹੜੀ ਸਾਨੂੰ ਪਤਾ ਲੱਗ ਗਈਆਂ ਨੇ, ਢੰਗ ਸਾਨੂੰ ਪਤਾ ਲੱਗ ਗਏ ਨੇ ਕਿ ਮੋਬਾਈਲ 'ਚ ਕਿਹੜੇ ਕਿਹੜੇ ਫੰਕਸ਼ਨ ਹੁੰਦੇ ਨੇ, ਕਿਸ ਤਰ੍ਹਾਂ ਯੂਜ਼ ਕਰਦੇ ਹਾਂ, ਉਸੇ ਮਾਧਿਅਮ ਨਾਲ ਅਸੀਂ ਪੜ੍ਹਾਈ ਵੀ ਕਰਦੇ ਹਾਂ ਔਰ ਵੀਡੀਓ ਵੀ ਦੇਖਦੇ ਹਾਂ। ਸੋ ਪਿਆਰੇ ਬੱਚਿਓ, ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਭਾਜ ਅਤੇ ਅਭਾਜ ਗੁਣਖੰਡਾਂ ਬਾਰੇ ਵਿਸਥਾਰ ਨਾਲ ਦੱਸਿਆ ਸੀ ਔਰ ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦਾ ਜਿਹੜਾ ਇਹ ਚੈਪਟਰ ਹੈ, ਇਹਦੇ ਵਿੱਚ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮਹੱਤਮ ਸਮਾਵਰਤਕ ਹੁੰਦਾ ਕੀ ਹੈ। ਸੋ ਬੇਟਾ, ਕੰਮ ਕਰਨ ਤੋਂ ਪਹਿਲਾਂ, ਵੀਡੀਓ ਸਿਲੇਬਸ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਪੌਸ ਦੀ ਟ੍ਰੇਨਿੰਗ ਜਿਹੜੀ ਹੈ, ਟੈਸਟ ਜਿਹੜੇ ਆ ਉਹ ਲਗਾਤਾਰ ਚੱਲ ਰਹੇ ਆ, ਅਕਤੂਬਰ ਦੇ ਟੈਸਟ ਫਿਰ ਆ ਗਏ ਆ। ਸੋ ਇਹਦੇ ਵਾਸਤੇ ਲਗਾਤਾਰ ਤਿਆਰੀ ਕਰਦੇ ਰਹੋ, ਦੁਹਰਾਈ ਕਰਦੇ ਰਹੋ, ਤਾਂ ਕਿ ਲਗਾਤਾਰ ਤੁਸੀਂ ਟੈਸਟਾਂ ਵਿੱਚੋਂ ਅੱਵਲ ਦਰਜਾ ਪ੍ਰਾਪਤ ਕਰ ਸਕੋ, ਅਧਿਆਪਕਾਂ ਦਾ, ਮਾਪਿਆਂ ਦਾ, ਦੇਸ਼ ਦਾ, ਸਿੱਖਿਆ ਵਿਭਾਗ ਦਾ ਮਾਣ ਕਰ ਸਕੋ, ਮਾਣ ਬਣ ਸਕੋ। ਸੋ ਸਾਡਾ ਵੀ ਨਿਮਾਣ ਅਤੇ ਸਤਿਕਾਰ ਨਾਲ ਹੀ ਬਹਾਲ ਹੈ। ਅਗਰ ਤੁਸੀਂ ਬੜਾ ਖੁੱਭ ਕੇ ਕੰਮ ਕਰਦੇ ਹੋ, ਬੜੀ ਮਿਹਨਤ ਕਰਦੇ ਹੋ, ਡਿਟਰਮੀਨੇਸ਼ਨ ਨਾਲ ਕੰਮ ਕਰਦੇ ਹੋ, ਸੁਹਿਰਤਾ ਨਾਲ ਕੰਮ ਕਰਦੇ ਹੋ, ਅਤੇ ਸਾਡਾ ਵੀ ਮਾਣ ਸਤਿਕਾਰ ਬਹਾਲ ਹੁੰਦਾ ਹੈ, ਵਧੀਆ ਬਣਦਾ ਹੈ। ਸੋ ਤੁਹਾਡਾ ਮਾਣ ਸਤਿਕਾਰ ਚੰਗਾ ਹੋਵੇ, ਤੁਸੀਂ ਚੰਗੀ ਪੁਜੀਸ਼ਨ ਲਓ, ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਦੁਹਰਾਈ ਕਰਦੇ ਰਹੋ ਔਰ ਘਰਾਂ 'ਚ ਰਹੋ, ਸਭ ਤੋਂ ਵੱਡੀ ਗੱਲ, ਸੇਫ ਰਹਿਣ ਵਾਸਤੇ, ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਲਗਾਤਾਰ ਆਪਣੇ ਕਦਮ ਜਿਹੜੀ ਹੈ ਉਹ ਵਧਾ ਰਹੀ ਹੈ, ਹਰ ਘਰ ਤੱਕ ਜਿਹੜੀ ਇਸ ਦੀ ਪਹੁੰਚ ਜਿਹੜੀ ਆ ਹੋ ਰਹੀ ਹੈ, ਕਿਉਂਕਿ ਗਿਣਤੀ ਵੱਧ ਰਹੀ ਹੈ। ਸੋ ਇਸ ਕਰਕੇ ਬਿਲਕੁਲ ਅਲਰਟ ਰਹੋ, ਘਰਾਂ 'ਚ ਰਹੋ, ਹੱਥਾਂ ਨੂੰ ਧੋਂਦੇ ਰਹੋ ਲਗਾਤਾਰ ਸਾਬਣ ਨਾਲ, 2-3-4 ਵਾਰੀ ਜਦੋਂ ਵੀ ਖਾਣਾ ਖਾਣ ਤੋਂ ਪਹਿਲਾਂ ਬਾਅਦ 'ਚ ਹੱਥ ਧੋਵੋ, ਬਾਹਰੋਂ ਆਉਂਦੇ ਹੱਥ ਧੋਵੋ, ਸ਼ੌਚਾਲਿਆ ਜਾਂਦੇ ਹੋ ਹੱਥ ਧੋਵੋ। ਸੋ ਇਸ ਤਰ੍ਹਾਂ ਹੀ ਲਗਾਤਾਰ ਇਸ਼ਨਾਨ ਕਰੋ 2 ਵਾਰੀ, ਚੰਗੀ ਖੁਰਾਕ ਲਵੋ, ਮਾਸਕ ਦੀ ਵਰਤੋਂ ਕਰੋ, ਕੋਈ ਵੀ ਬਾਹਰ ਜਾਂਦਾ ਤਾਂ ਉਸਨੂੰ ਮਾਸਕ ਦੇ ਕੇ ਤੋਰੋ, ਮਾਸਕ ਤੋਂ ਬਗੈਰ ਬਾਹਰ ਨਾ ਭੇਜੋ। ਸੋ ਆਪ ਵੀ ਮੂੰਹ ਢੱਕ ਕੇ ਰੱਖੋ ਜਦੋਂ ਬਾਹਰ ਜਾਂਦੇ ਹੋ, ਕਿਸੇ ਨਾਲ ਗੱਲ ਕਰਦੇ ਹੋ। ਸੋ ਪਿਆਰੇ ਬੱਚਿਓ, ਮਹੱਤਮ ਸਮਾਵਰਤਕ ਦੀ ਤਾਂ ਗੱਲ ਕਰਦੇ ਹਾਂ, ਮੈਂ ਤੁਹਾਨੂੰ ਥੋੜ੍ਹਾ ਅੱਗੇ ਲੈ ਕੇ ਜਾਂਦਾ ਕਿ ਮਹੱਤਮ ਸਮਾਵਰਤਕ ਕੀ ਹੁੰਦਾ ਹੈ। ਇੱਕ ਲਾਈਨ ਵਿੱਚ ਲਿਖਿਆ ਹੈ, ਇਸ ਨੂੰ ਯਾਦ ਕਰ ਲਓ ਕਿ ਮਹੱਤਮ ਸਮਾਵਰਤਕ ਕੀ ਹੁੰਦਾ ਹੈ, ਬਾਕੀ ਉਦਾਹਰਨਾਂ ਸਹਿਤ ਆਪਾਂ ਕਰਾਂਗੇ। ਬਿਲਕੁਲ ਥੱਲੇ ਜਾਓਗੇ ਤਾਂ ਤੁਹਾਨੂੰ ਪੇਜ ਨੰਬਰ 68 ਹੈ, 69 ਸੋਰੀ 69 ਤੋਂ ਅੱਗੇ 70 ਹੈ, 70 ਨੰਬਰ ਪੇਜ 'ਤੇ ਤੁਸੀਂ ਜਦੋਂ ਜਾਓਗੇ ਆਪਣੀ ਪੁਸਤਕ ਵਿੱਚ, ਤਾਂ ਲਿਖਿਆ ਹੈ ਕਿ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ। ਇਸ ਨੂੰ ਬੇਟਾ ਨੋਟ ਕਰ ਲਓ, 2 ਜਾਂ 2 ਤੋਂ ਵੱਧ ਸੰਖਿਆਵਾਂ, 2 ਤੋਂ ਵੱਧ 3 ਵੀ ਹੋ ਸਕਦੀਆਂ, 4 ਵੀ ਹੋ ਸਕਦੀਆਂ, 5 ਵੀ ਹੋ ਸਕਦੀਆਂ, ਦਾ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ। ਸਾਂਝਾ ਗੁਣਖੰਡ ਮੀਨਸ ਕਿ ਜਿੰਨੀਆਂ ਸੰਖਿਆਵਾਂ ਨੇ, ਮੰਨ ਲਓ 2 ਨੇ ਅਤੇ ਦੋਵਾਂ ਵਿੱਚ ਸਾਂਝਾ ਗੁਣਖੰਡ ਸਭ ਤੋਂ ਵੱਡਾ ਹੋਵੇ, 3 ਸੰਖਿਆਵਾਂ ਨੇ, 3 ਵਿੱਚ ਸਭ ਤੋਂ ਵੱਡਾ ਸਾਂਝਾ ਗੁਣਖੰਡ ਹੋਵੇ, ਉਹ ਲੈਣਾ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਮਹੱਤਮ ਸਮਾਵਰਤਕ ਦਾ ਨਾਮ ਦੇ ਦਿੰਦੇ ਹਾਂ। ਯਾਦ ਰੱਖਿਓ, ਠੀਕ ਹੈ। ਹੁਣ ਆਪਾਂ ਉਦਾਹਰਨ 'ਤੇ ਚੱਲਦੇ ਹਾਂ। ਮੰਨ ਲਓ ਮੈਂ ਤੁਹਾਡੇ ਸਕੂਲ ਵਿੱਚ ਹੈ, ਮੈਂ ਤੁਹਾਨੂੰ ਕਹਿੰਦਾ ਕਿ ਬੱਚਿਓ, ਚੌਥੀ 'ਚ ਸਾਡੇ ਕਿੰਨੇ ਬੱਚੇ ਨੇ? ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੌਥੀ ਵਿੱਚ ਜਿਹੜੇ 18 ਬੱਚੇ ਨੇ, ਸਾਡੇ ਕੋਲ ਵੀ ਚੌਥੀ ਵਿੱਚ 18 ਬੱਚੇ ਸੀ ਨਾ, ਹੁਣ 20 ਹੋਏ, ਆਪਾਂ 18 ਮੰਨ ਕੇ ਚੱਲਦੇ ਹਾਂ, ਠੀਕ ਹੈ। ਤੁਹਾਡੀ ਕਲਾਸ 'ਚ ਵੱਖਰੇ ਹੋ ਸਕਦੇ ਆ, ਕਿਸੇ ਦੀ ਕਲਾਸ 40 ਬੱਚੇ ਵੀ ਹੋ ਸਕਦੇ ਆ, 30 ਵੀ ਹੋ ਸਕਦੇ ਆ, 22 ਵੀ ਹੋ ਸਕਦੇ ਆ, ਤੁਸੀਂ ਉਹਨੂੰ ਲੈ ਕੇ ਚੱਲ ਸਕਦੇ ਹੋ। ਆਪਾਂ ਉਦਾਹਰਨ ਤੌਰ 'ਤੇ ਸਮਝ ਰਹੇ ਹਾਂ, ਮੰਨ ਲਓ ਕਿ ਸਾਡੀ ਕਲਾਸ ਵਿੱਚ 18 ਬੱਚੇ ਨੇ
और हुण पंजवीं जमात की गल करते हैं तो पंजवीं विच मान लो 27 बच्चे ने, ठीक है, चौथी विच किन्ने 18, पंजवीं विच 27 ने। आपां उन्हां दीआं टीमां बनाउणीआं ने, तो ये भी ध्यान रखना है कि सारे बच्चे पूरे पूरे आ जाण, ठीक है, कोई बच्चा टीम तो बाहर ना रहे। सो किन्ने किन्ने दीआं टीमां जिहड़ियां बन गईआं, कुछ बच्चे कहणगे पाँच पाँच बच्चों की बना लो जी, छे छे बच्चों की बना लो जी, सत्त सत्त बच्चों की बना लो जी, पर वो गलत होएगा। उदाहरण जी भी इस तरह लिखा है, पर आपां वो संख्या लभणी आ जिहड़ी सब तो वड्डी संख्या होवे, ते उस संख्या दे नाल सारे बच्चे शामिल हो जाण, उस संख्या वड्डी तो वड्डी होए और उन्ने उन्ने दी टीमां बन। मान लो टोटल इत्थे चौथी दे विच 18 ने, पंजवीं च 27 ने, तो सब तो वड्डी संख्या 27 है, पर आपां उह संख्या लभणी है जिहड़ी दोवां दा सांझा गुणखंड होवे, दोवां च बराबर वंडी जावे, पर होवे भी सब तो वड्डी। दो संख्यावां साडे कोल ने, याद रखो। अठारह तो 27 आपां टीमां बनाउणियां ने, दो बन जाण, तीन बन जाण, चार बन जाण, जिन्नी मर्जी टीमां बन जाण, पर आपां इह ख्याल रखणा वा कि इहनां दे विच सब तो वड्डी टीम, वध तो वध संख्यावां वाली, भावें उह पंजां दी होवे, छेयां दी होवे, सत्तां दी होवे, अठां दी, नौ, दस, बारह, जिन्ने दी भी होवे, वह वड्डी तो वड्डी संख्या आपां लभणी आ। तो वह सानू पता वै कि आपां सारे बच्चे कवर करने आ, ठीक है, तो जो सारे बच्चे कवर करांगे तो आपां नौ नौ दीआं टीमां जिहड़ियां बना लांगे, साडे को तीन टीमां जिहड़ियां वो बन जाणगियां, ठीक है। सो आपां को किन्नी टीमां बनणगियां, नौ नौ दीआं पांच टीमां बन जाणगियां। आपां वध तो वध टीमां भी बनाउणियां वा, तो वध तो वध जिहड़े वा संख्या वड्डी तो वड्डी भी बनाउणी आ। सो नौ जिहड़ी संख्या है सब तो वड्डी संख्या सानू प्राप्त होगी जी, जिहदी एक टीम बनती है, नौ बच्चियां दी एक टीम बन जाएगी। सो टोटल टीमां जिहड़ियां वा पंज बन जाणगियां, क्योंकि तुहानू पता 18 ते 27 जिहड़े आ 45 हुंदे आ, ठीक है। सो 45 बच्चे टोटल हो गए, तो नौ नौ बच्चों की जी सब तो वड्डी संख्या, क्योंकि बच्चे कवर भी करने हैं, सारे बच्चे विच लियाने हैं। सो वड्डी तो वड्डी संख्या कि बन गई साढ़े को 45, और वड्डी तो वड्डी गुण जी संख्या वा एक टीम की वह कि बन गई 9। इस होर ध्यान ना समझो, तुहानू सौखी महत्म समावर्तक की समझ लग जूगी। वो ये कि कोई भी संख्या जीड़ी दो या दो तो वध संख्यावां की सांझी गुणखंड होवे पर होवे सब तो वड्डी, उहनू महत्म समावर्तक कह दिंदे आ। सब तो वड्डी संख्या जिहड़ी जिन्नियां भी संख्यावां दित्तियां होण, जिस तरह इत्थे 18 ते 27 दित्ता सी, कोई भी संख्या दित्तियां हो सकदियां, 5 7 9 भी दित्ती हो सकदी है, 4 8 12 16 24 भी दित्ती हो सकदी है, कोई भी 4 जां 5 संख्यावां दित्तियां हो सकदियां, 2 जां 2 तों वध कोई भी संख्यावां दित्तियां हो सकदियां वा। इन्हां संख्यावां च सांझा गुणखंड जिहड़ा सब तो वड्डा होवे उहनूं आपां महत्तम समावर्तक कह दिंदे आ। सो अगे चलदे आ, मैनूं आस है कि तुहानूं समझ लग गई होगी। हुण आपां महत्तम समावर्तक पता करना जिहड़ा उह सिखांगे। सो बेटा महत्तम समावर्तक पता करन लई दो विधियां हुंदियां ने बेटा, एक है अपाज गुणखंड विधि और एक है वंड विधि जां भाग विधि, जिहड़ा आपां पिछले वीडियो च वी चर्चा कीती सी, ठीक है। सो दो विधियां ने, ठीक है, इन्हां विधियां दे विच्चों पहली विधि जिहड़ी है वह है अपाज गुणखंड दी विधि। इहदे विच आपां की करदे आ, सब तो पहला आपां दित्तियां संख्यावां दे सारे अपाज गुणखंड जिहड़े आ पता करदे आ, ठीक है। उहनां अपाज गुणखंडां नूं इकट्ठा लिख के आपां इहदी गुणा कर दिंदे आ, वो गुणफल जिहड़ा महत्तम समावर्तक जिहड़ा उह बन जांदा। उदाहरण के तौर पर जिस तरह 20 ते 30 का महत्तम समावर्तक अपाज गुण खंड विधि राही आपां पता करदे आ। इहदे विच वेखो उदाहरण दित्ती होई उहनां ने कि 20 का जदों आपां गुणखंड बनाने 20 दे, तां इहदे विच आपां 20 नूं 2 नाल भाग करदे, उन्नी देर तक भाग करते जाने जिनी देर तक एक बाकी नहीं बचता। सो आपां इहदे विच देखो साडे को सांझे जिहड़े आ गुणखंड दोवां पासे 20 और 30 दे गुणखंड बनाउंदिआं सानूं प्राप्त होए ने, जिस तरह इहदे विच आ 3 होए ने और दूसरे विच भी साडे को 3 होए ने, पहले विच भी 3 होए, दूजे विच 3 होए ने। सो इन्हां 'च आपां सांझा गुणखंड लभणा वा दोवां दे विच, दोवां दे विच वेखो दो दो भी सांझा है, ठीक है, और
पांच पांच भी सांझा है। दोवां दे विच जिहड़े सांझे गुण खंड आ उन्हां नूं लभ के आपो विच दी गुणा कर देना, जिस तरह पहले च दो आ दूजे च पांच आ, दो पांच दस। सो दस जिहड़ा वा सब तों वड्डा गुण खंड बन गया, जिसनों आपां कह दिंदे आ महत्तम समावर्तक। दो संख्यावां जिहड़ियां ने भी और तीह, इहनां दा सांझा गुण खंड गुणा करन तों बाद जिहड़ा सानूं सब तों वड्डी संख्या प्राप्त होई उह है महत्तम समावर्तक जिहड़ा कि दस है। ठीक है, सो इस तों अगे उदाहरण नंबर दो है, इहदे विच वी तुसीं समझ सकदे हो। देखो उन्हां ने 45 90 ते 105 दे गुणखंड पहलों बनाए। ਠੀਕ ਹੈ, ਗੁਣਖੰਡ ਕਿਸ ਤਰ੍ਹਾਂ ਬਣਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪਹਾੜੇ ਦੇ ਵਿੱਚ ਜਿਹੜੇ ਭਾਗ ਜਿਹੜੀ ਸੰਖਿਆ ਨਾਲ ਭਾਗ ਹੁੰਦੀ ਹੈ ਉਸੇ ਨਾਲ ਸ਼ੁਰੂ ਕਰੀਦੀ ਹੈ, ਘੱਟ ਤੋਂ ਘੱਟ ਦੋ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਅਗਰ ਦੋ 'ਤੇ ਨਾ ਡਿਵਾਈਡ ਹੋਏ, ਵੰਡ ਨਾ ਹੋਏ, ਫਿਰ 3 'ਤੇ, 3 ਤੋਂ ਬਾਅਦ 5 'ਤੇ, ਜਿੱਦਾਂ ਵੀ ਹੋਵੇ ਫਿਰ ਉਹਦੇ ਨਾਲ ਸ਼ੁਰੂ ਕਰ ਲਈਦੀ ਹੈ। ਇਸ ਤਰ੍ਹਾਂ ਜੇ ਤੁਸੀਂ ਸ਼ੁਰੂ ਕੀਤੀ, ਸਾਡੇ ਕੋਲ ਇਹ 3 ਆ ਗਏ, ਦੂਜੇ ਦੇ ਵਿੱਚ 4 ਆ ਗਏ, ਤੀਜੇ ਦੇ ਵਿੱਚ ਵੀ 3 ਗੁਣਖੰਡ ਸਾਡੇ ਕੋਲ ਆ ਗਏ। ਜਦੋਂ ਇਸ ਨੂੰ ਅਸੀਂ ਲਿਖ ਲਿਆ ਇੱਥੇ ਔਰ ਇਹਨਾਂ ਵਿੱਚੋਂ ਸਾਂਝੇ ਗੁਣਖੰਡ ਬਣਾਏ ਅਤੇ ਸਾਂਝੇ ਸਾਡੇ ਬਣ ਗਏ 3 ਅਤੇ 5, ਕਿਉਂਕਿ ਤਿੰਨਾਂ ਵਿੱਚ ਲੱਭਣੇ ਹੁਣ ਆਪਾਂ ਸਾਂਝੇ ਕਿਹੜੇ। ਅੱਗੇ 2 'ਚੋਂ ਲੱਭੇ ਸੀ, ਹੁਣ 3 'ਚੋਂ ਲੱਭਣੇ ਆ। 3 'ਚੋਂ 1 ਸਾਡੇ ਕੋਲ 3 ਸਾਂਝਾ ਹੈ ਔਰ 1 5 ਸਾਂਝਾ। ਠੀਕ ਹੈ, ਹੋਰ ਕੋਈ ਸਾਂਝਾ ਨਹੀਂ ਹੈ। ਸੋ 3 5 15, ਸੋ ਸਾਡੇ ਕੋਲ ਜਿਹੜਾ ਸਾਂਝਾ ਗੁਣਖੰਡ ਸਭ ਤੋਂ ਵੱਡਾ ਮਹੱਤਮ ਸਮਾਵਰਤਕ ਪ੍ਰਾਪਤ ਹੋਇਆ ਉਹ 15 ਹੈ। आई होप कि हुण तुहानूं समझ लग गई होएगी। हुण आपां बेटा इस तों अगे दूसरी विधि बारे जानकारी लवांगे, वह है महत्तम समावर्तक करन दी भाग विधि। भाग विधि की है? इहदे विच जिस तरह आपां सिंपल भाग करदे सी, मैं पिछले वीडियो जी तुहानूं सारा इहदे बारे डिटेल दस्या सी। अगर वह तुसीं वीडियो दुबारा देखना चाहुंदे हो तां मेरी प्लेलिस्ट जाओ, चैनल आई थिंक उहदी प्लेलिस्ट जाओ, ਉਹਦੇ ਵਿੱਚ ਕਲਾਸ 5ਵੀਂ ਕੱਢੋ ਔਰ ਗਣਿਤ ਦੇ ਜਿਹੜੇ ਵੀਡੀਓ ਨੇ ਉਹ ਕੱਢ ਕੇ ਦੇਖੋ। ਲਾਸਟ ਵੀਡੀਓ ਮੈਂ ਗਣਿਤ ਦਾ ਪੋਸਟ ਕੀਤਾ ਹੋਏਗਾ, ਉਹਦੇ ਵਿੱਚ ਮੈਂ ਮਹੱਤਵ ਸਮਾਵਰਤਕ ਬਾਰੇ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਸੋ ਇੱਥੇ ਦੇਖਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਸਿੰਪਲ ਬੇਟਾ ਭਾਗ ਕਰਦੇ ਸੀ, ਪੇਜ ਨੰਬਰ 72 'ਤੇ ਚੱਲਦੇ ਹਾਂ। ਪਹਿਲਾਂ ਆਪਾਂ ਬੇਟਾ ਭਾਗ ਕਰਦੇ ਸੀ, ਆਪਾਂ 72 ਨੰਬਰ ਪੇਜ 'ਤੇ ਹਾਂ। ਉਹਦੇ ਵਿੱਚ ਕੀ ਸੀ ਕਿ ਆਪਾਂ ਜਿਹੜਾ ਭੱਜ ਕੇ ਆਇਆ ਜਿਹਦੇ ਨਾਲ ਆਪਾਂ ਤਕਸੀਮ ਕੀਤੀ ਜਾਂ ਭਾਗ ਕੀਤੀ ਹੈ, ਠੀਕ ਹੈ, ਉਸਨੂੰ ਆਪਾਂ ਜਿਹੜਾ ਹੈ ਉਹ ਨਹੀਂ ਛੇੜਦੇ ਸੀ। ਪਰ ਇਹਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਭਾਜਕ ਹੈ ਉਸਨੂੰ ਆਪਾਂ ਫਿਰ ਭਾਜ ਬਣਾਉਣਾ ਹੈ। ਕਿਸ ਤਰ੍ਹਾਂ ਬਣਾਉਣਾ ਆਪਾਂ ਅੱਗੇ ਦੇਖਾਂਗੇ, ਪਹਿਲਾਂ ਥੋੜ੍ਹੀ ਜਿਹੀ ਵਿਧੀ ਸਮਝ ਲਈਏ। ਛੋਟੀ ਸੰਖਿਆ ਨੂੰ ਭਾਜਕ ਅਤੇ ਵੱਡੀ ਸੰਖਿਆ ਨੂੰ ਭਾਜ ਵਜੋਂ ਲਓ, ਜਿਸ ਤਰ੍ਹਾਂ ਪਹਿਲਾਂ ਆਪਾਂ ਲੈਂਦੇ ਹਾਂ ਉਸੇ ਤਰ੍ਹਾਂ ਹੀ। ਦੋ ਸੰਖਿਆਵਾਂ ਮੰਨ ਲਓ ਦਿੱਤੀਆਂ ਹੋਣ ਸਾਨੂੰ ਮਹੱਤਵ ਸਮਾਵਰਤਕ ਪਤਾ ਕਰਨ ਵਾਸਤੇ, ਮੰਨ ਲਓ ਇੱਕ ਦਿੱਤੀ ਹੈ 30, ਇੱਕ ਦਿੱਤੀ ਹੈ 20, ਤਾਂ ਵੱਡੀ ਸੰਖਿਆ ਕਿਹੜੀ 30 ਹੈ, 30 ਨੂੰ ਵਿੱਚ ਰੱਖਾਂਗੇ, 20 ਨਾਲ ਭਾਗ ਕਰਾਂਗੇ। ਠੀਕ ਹੈ, ਅੱਗੇ ਮੈਂ ਤੁਹਾਨੂੰ ਕਰਕੇ ਵੀ ਵਿਖਾਊਂਗਾ। ਠੀਕ ਹੈ, ਜੇ ਜਦੋਂ ਤੱਕ ਬਾਕੀ 0 ਨਹੀਂ ਬਚਦੀ, ਜਿਸ ਤਰ੍ਹਾਂ ਅਸੀਂ ਆਮ ਭਾਗ ਕਰਦੇ ਹਾਂ, ਤੁਹਾਨੂੰ ਪਤਾ ਹੀ ਹੈ ਭਾਗ ਕਰਨੀ ਆਉਂਦੀ ਤੁਹਾਨੂੰ, ਜਦੋਂ ਤੱਕ 0 ਨਹੀਂ ਬਚਦਾ ਆਪਾਂ ਭਾਗ ਕਰਦੇ ਜਾਵਾਂਗੇ। ਪਰ ਥੋੜ੍ਹਾ ਜਿਹਾ ਫਰਕ ਹੈ ਉਹ ਤੁਹਾਨੂੰ ਮੈਂ ਸਮਝਾਵਾਂਗਾ, ਜਿਸ ਤਰ੍ਹਾਂ ਪਿਛਲੇ ਵੀਡੀਓ 'ਚ ਸਮਝਾਇਆ ਸੀ। ਠੀਕ ਹੈ, ਅਤੇ ਇਸ ਤਰ੍ਹਾਂ ਹੀ ਇਹ ਜਿਹੜੀ ਲਾਈਨ ਹੈ ਨਾ, ਇਹਨੂੰ ਬੇਟਾ ਸਮਝਣਾ ਬਸ। ਜਦੋਂ ਵੀ ਕੋਈ ਭਾਜਕ ਜਿਹੜਾ ਹੈ ਉਹ ਉੱਪਰੋਂ ਲੈ ਕੇ ਆਪਾਂ ਸ਼ੁਰੂ ਕਰਤਾ, ਪਹਿਲੀ ਵਾਰ ਜਦੋਂ ਆਪਾਂ ਘਟਾਓ ਕੀਤਾ ਤਾਂ ਉਹੀ ਭਾਜਕ ਜਿਹੜਾ ਵਾ ਉਹ ਭਾਜ ਬਣ ਜਾਏਗਾ। ਠੀਕ ਹੈ, ਉਹੀ ਭਾਜਕ ਜਿਹੜਾ ਵਾ ਅੱਗੇ ਜਾ ਕੇ ਭਾਜ ਬਣ ਜਾਏਗਾ। ਐਗਜ਼ੈਂਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਮੰਨ ਲਓ 20 ਅਤੇ 30 ਨੂੰ ਲੈਂਦੇ ਆਪਾਂ, ਸਾਨੂੰ ਪਤਾ 20 ਇੱਕਮ 20 ਹੁੰਦੇ ਆ, ਸਾਡੇ ਕੋਲ 10 ਬਚ ਗਏ। ਆਪਾਂ ਹੁਣ ਇਹ ਨਹੀਂ ਕਹਿਣਾ 10 ਬਚ ਕੇ ਅੱਗੇ ਭਾਗ ਨਹੀਂ ਹੁੰਦੀ। ਆਪਾਂ ਹੁਣ ਜਿਸ ਤਰ੍ਹਾਂ ਉਹ ਲਾਈਨ ਆ ਜਿਹੜੀ ਪੜ੍ਹੀ ਹੈ ਨਾ ਉੱਪਰ, ਇਸ ਨੂੰ ਦੁਬਾਰਾ ਪੜ੍ਹੋ ਕਿ ਆਪਾਂ ਭਾਜਕ ਨੂੰ ਭਾਜ ਬਣਾਉਣਾ ਵਾ। ਜਿਸ ਤਰ੍ਹਾਂ ਇਹ ਜਿਹੜਾ ਭਾਜ ਭਾਜਕ ਕਹਿੰਦੇ, ਇਹਨੂੰ ਭਾਜ ਕਹਿੰਦੇ ਆ, ਇਹਨੂੰ ਭਾਜ ਕਹਿੰਦੇ ਆ। ਸੋ ਆਪਾਂ ਹੁਣ ਕੀ ਕਰਨਾ, ਜਿਹੜਾ ਥੱਲੇ 10 ਬਚ ਗਿਆ ਇਹਨੂੰ ਕੀ ਬਣਾ ਦੇਣਾ ਆਪਾਂ, ਭਾਜਕ। ਸੋ ਇਹਨੂੰ 20 ਨੂੰ ਆਪਾਂ ਭਾਜ ਬਣਾ ਦੇਣਾ। ਹੁਣ ਸਮਝ ਲੱਗੀ, ਦੁਬਾਰਾ ਸਮਝੋ।
जो 10 थले बच गया इस तक आपां बंद करता क्योंकि अगे आपां भाग नहीं करनी। इहो 20 नूं आपां की बना लेना भाजक नूं भाज, क्योंकि विचली संख्या भाज हुंदी है ना, सो भाज बनाता। और जिहड़ा 10 बचिया ये 10 नूं आपां भाजक बनाता, फिर भाग करनी शुरू करती। हुण 10 दूणा 20, सो साढ़े को उत्तर किन्ना आया 10। इत्थे उत्तर जिहड़ा है 0 नहीं आएगी ना 2 आएगा, याद रखना जिहदे नाल असीं भाग कीती है उही उत्तर आएगा लास्ट ते। 0 बचण तों बाद जिहड़ी भाग वाली साढ़े को जिहनूं आपां भाजक कहिंदे आ, उह रकम बची, उही भाजक जिहड़ा साडा महत्तम समावर्तक होएगा भाग विधि विच। इस वीडियो नूं थोड़ा पिछे करके दुबारा समझ लो, अगर मैं दुबारा समझाऊंगा तो वीडियो बहुत लंबी हो जानी है। सो ये साढ़े को 10 आंसर आ गया। हुण तुसीं इस वीडियो नूं दो तीन वारी पिछा करके थोड़ा जिहा 5 मिनट देख लो, तुहानूं अच्छी तरह समझ आ जूगी। सो अगे उदाहरण लैने, तुहाडे सामने उदाहरण आ गई है, मैं तुहानूं समझाउण दा वी यतन करदा। जिस तरह 105 ते 75, 75 ते 105 दा आपां महत्तम समावर्तक पता करना। आपां की कीता, 105 नूं जिहड़ा है वह भाज बना लिया, मतलब विच रख लिया, और भाजक साडा की बन गया 75, 75। ठीक है, सो इहनूं आपां भाग करना शुरू किया, 75 एकम 75 और कटाओ करके 30 बच गए साढ़े को। ठीक है, और हुण आपां की कीता, यह देखो आपां तो जिहड़ा जिहड़ा भाजक सी इहनूं भाज बना लिया, और जिहड़ा 30 सी इहनूं आपां भाजक बना लिया। ठीक है, सो इहनूं आपां फिर भाग करनी शुरू की, 30 दूणा 60 साढ़े को 15 बच गए, 15 फिर भाजक बन गया, और यह जिहड़ा 30 है इहनूं फिर आपां भाज बना लिया। हुण समझ आ रही है ना, इस तरह ही आपां अगे कर देंगे। हुण साढ़े को की बच गया, 0 बच गई, और जो 0 बच जाए आपां खत्म कर देईदा, तो उत्तर जिहड़ा है वो ये नहीं आना, उत्तर किहड़ा आएगा साढ़े को, आएगा साढ़े को कितना उत्तर आ गया 15। भाजक ही उत्तर लेना वा, ये जड़ा है गुणनखंड जिहड़ा वो उत्तर नहीं लेना, जिहड़ा भाजक है वही उत्तर लेना है, यही साड़ी है भाग विधि। इस तरह ही अगली उदाहरण दिती हुई है, इसनों समझ सकते हो, बिल्कुल सेम उस तरह ही है। जिस तरह 90 ते 60, 60 जां 90 दा आपां महत्तम समावर्तक पता करना। आपां सिंपली भाग कीती, 60 एकम 60, 30 बच गए, 60 नूं आपां फिर की बनाता भाज बनाता, 30 साढ़े को बन गया भाजक, फिर 30 दूणा 60 0 बच गई, उत्तर किन्ना आ गया साढ़े को 30 उत्तर आ गया। सिंपल सवाल, ठीक है। इस तरह ही 130 नूं 30 ना कर लिया तो इस तरह साढ़े को 10 बच गया। ठीक है बेटा, इस पेज नंबर 72 ते इत्थे भी एक उदाहरण है। ये हुण साडी रोज़ाना जिंदगी विच उदाहरण दित्ती हुई है कि 3 ड्रम ने साडे को, एक 18 लीटर का, एक 27 लीटर का, एक 36 लीटर का है। ठीक है, उहदे विच इन्ने इन्ने लीटर तेल जिहड़ा पै जांदा है। ठीक है, जिहड़ा वड्डे तों वड्डा मापक आपां वरतना वा वह लभना वा कि तिना ड्रम दे तेल नूं पूरी पूरी तरह जिहड़ा वह माप सके। तो आपां की करदे आ, जदों सब तों वड्डा मापक लभदे आ, कोई वड्डी चीज़ लभदे आ तिना विचों जिहड़ी सांझी इक्को जिहा सारिआं नूं माप सके, तां उहदे च आपां महत्तम समावर्तक पता करदे आं। सो इत्थे आपां तिन्नां दा महत्तम समावर्तक भाग विधी राहीं पता कीता वा। सब तों पहलां आपां जिहड़ा है वह 27 नूं 18 नाल भाग कीता, तुहाडे सामणे ही है, 0 बच गई, साढ़े कोल 9 आ गया। फिर आपां अगला अंक 36 लै के, जिहड़ा अंक साढ़े को उत्तर आया सी 9, उस 9 नूं फिर दुबारा भाग कीता क्योंकि 3 अंक ने साढ़े को, और फिर आपां दा 9 चौका 36 दे विच 9 आंसर आ गया साडा। इहदा मतलब 9 लीटर दी साडे कोल मापक चाहीदा है, 9 लीटर दा एक साडे कोल कीप चाहीदी है जिहड़ी सारे तेल नूं बराबर जिहड़ी उह माप सकदी आ। सो इह सी बेटा महत्तम समावर्तक दीआं 2 विधियां उदाहरणां सहित कि किस तरह करनियां ने। इह दोवें विधियां दे नाल पहली भाज गुणखंड दी विधि, सांझे गुणखंड लभ के उहनां नूं गुणा करना, और दूसरे दे विच भाग विधि है जां जिस नूं आपां जिहड़ा है तकसीम की विधि कह दें, भाग विधि कह दें, वो आप जिहड़ा है भाजक नूं भाज बनाउणा है, और जिहड़ा थल्ले आंसर आया है उसनों आप भाजक दे रूप वरत के आप उत्तर जिहड़ा लै आउने। सो अगले वीडियो बेटा आप हुण सवाल जिहड़े है सोल्व करन की कोशिश करांगे कि महत्तम समावर्तक के सवाल किहड़े ने, उहनां विचों सवाल मैं तुहानूं विखा देना। सब तो पहला 3 दी 2 अभ्यास शुरू होएगी जिहदे विच जिहड़े है वह आपां अभाज संख्यावां जिहड़ियां चुणनियां ने, सब तो पहला किहड़ियां ने, इस तो अगे फिर अगली आप जी अभ्यास है वह करा। सो सारे अध्यापक साथियों बेनती है कि वीडियो हर बच्चे तक पहुँचाओ,
कोई बच्चा वांझा ना रहे जिहड़ा कि दोहराई कर सके। सो अगली वीडियो फिर मुलाकात होगी। सारे बच्चों बहुत बहुत प्यार, अध्यापक साथियों सत श्री अकाल।